ਮਾਲੀ ਸਾਹਿਬ, ਅੱਜ ਸਿਆਸਤ ਦੇ ਅੰਦਰ ਇੱਕ ਹੋਰ ਚਰਚਾ ਹੈ ਅੱਜ ਕੱਲ੍ਹ ਦੇ ਦਿਨਾਂ ਵਿੱਚ, ਕਿਉਂਕਿ MLA ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਉਹ ਭਾਸ਼ਣ ਹੈ ਨਾ, ਉਹ ਸਾਰੇ ਪਾਸੇ ਅਸਰ ਕਰ ਰਿਹਾ, ਖਾਸ ਕਰਕੇ MP ਰਾਘਵ ਚੱਡਾ ਦੀ ਭੂਮਿਕਾ, ਚਾਹੇ ਉਹ ਨਸ਼ਾ ਤਸਕਰੀ ਵਾਲੇ ਮਸਲੇ ਦੇ ਵਿੱਚ ਪੁਲਿਸ ਅਫਸਰ ਕੰਮ ਕਰ ਰਿਹਾ, ਉਹ ਕਿਸ ਦੇ ਖਾਸਮ ਖਾਸ ਹੈ ਉਸ ਦੇ ਲਈ ਵੀ, ਅਤੇ ਨਾਲੇ ਕਹਿੰਦੇ ਕਿ ਕੇਜਰੀਵਾਲ ਦਾ ਜਿਹੜਾ ਸਬੂਤ ਦੇਣ ਵਾਲੇ ਐਵੀਡੈਂਸ ਵਾਲੇ ਵੀ ਲੰਡਨ 'ਚ ਘੁੰਮ ਰਹੇ ਆ, ਉਹਨਾਂ ਦੇ ਜਿਹੜੇ ਇਸ਼ਾਰੇ ਆ, ਚਾਹੇ ਉਹ ਅਧੂਰੇ ਆ ਚਾਹੇ ਪੂਰੇ ਆ, ਉਸਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਕਮਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਪੁਲਿਸ ਅਫਸਰ ਹੁੰਦੇ ਹੋਏ ਰੋਲ ਨਿਭਾਇਆ ਜਿਹਦੀ ਲਗਭਗ ਸਾਰੀ ਪ੍ਰਸ਼ੰਸਾ ਕਰਦੇ ਰਹੇ ਨੇ ਜੀ। ਇਸੇ ਕਰਕੇ ਉਹਨਾਂ ਨੂੰ ਬੇਅਦਬੀ ਕਾਂਡ ਦੀ ਜਾਂਚ ਦਿੱਤੀ ਸੀ ਜੀ। ਉਹਦੇ ਵਿੱਚ ਵੀ ਕਿੰਨੇ ਪੁਲਿਸ ਅਫਸਰ ਥਿੜਕੇ, ਪਰ ਉਹ ਅੰਤ ਤੱਕ ਲੜਦੇ ਰਹੇ ਜੀ। ਜਦੋਂ ਕਾਨੂੰਨੀ ਟੀਮ ਨੇ ਉਹਨਾਂ ਦਾ ਸਾਥ ਨਾ ਦਿੱਤਾ, ਹਾਈ ਕੋਰਟ ਦੇ ਵਿੱਚ ਉਹਨਾਂ ਦੀ ਰੱਦ ਹੋ ਗਈ ਰਿਪੋਰਟ ਜੀ। ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕਰ ਲਿਆ ਕਿ ਮੈਂ ਇਹ ਸਰਵਿਸ ਦੇ ਵਿੱਚ ਨਹੀਂ ਰਹਿਣਾ ਜੀ, ਮੈਂ ਬਾਹਰ ਰਹਿ ਕੇ ਉਹਦੀ ਲੜਾਈ ਲੜਨੀ ਆ ਜੀ। ਤੇ ਸੰਖੇਪ ਚ ਆਪਾਂ ਗੱਲ ਕਰੀਏ ਵੀ ਕਿਵੇਂ ਆਮ ਆਦਮੀ ਪਾਰਟੀ ਵਾਲੇ ਉਸ ਨੂੰ ਨਾਲ ਲੈ ਕੇ ਆਏ ਜੀ, ਕਿਉਂਕਿ ਕੱਲਾ ਇਹ ਨੀ ਸੀ ਵੀ ਉਹ ਇੱਕ ਹਲਕੇ ਦਾ ਨੁਮਾਇੰਦਾ ਸੀ, ਉਹਦਾ ਪੰਜਾਬ ਦੇ ਵਿੱਚ ਇੱਕ ਸਤਿਕਾਰ ਤੇ ਮਾਣ ਸੀ ਜੀ। ਤੇ ਉੱਥੇ ਇਹ ਐਲਾਨ ਕੀਤੇ ਸੀ ਕਿ 24 ਘੰਟੇ ਦੇ ਵਿੱਚ ਬੇਅਦਬੀ ਵਾਲਾ ਮਸਲਾ ਹੱਲ ਕਰਾਂਗੇ, ਸਾਰੀ ਰਿਪੋਰਟ ਤਿਆਰ ਆ, ਇੱਥੇ ਕਰਨ ਦੀ ਉਹ ਗੱਲ ਬਾਕੀ ਆ ਜੀ। ਹੋਇਆ ਕੀ, ਉਦੋਂ ਬਾਅਦ ਜਦੋਂ ਉਹ ਚੋਣ ਜਿੱਤੇ ਆ ਤੇ ਨਾਲ ਦੀ ਨਾਲ ਉਹ ਤੋਂ ਪਾਸਾ ਵੱਟ ਲਿਆ ਜੀ। ਇਹ ਜਿਹੜੀ ਪਾਰਟੀ ਆ ਨਾ ਜੀ, ਇਹਦਾ ਟੋਟਲ ਜੇ ਤੁਸੀਂ ਕਾਰਜਸ਼ੈਲੀ ਦੇਖੋਗੇ ਜੀ, ਮਤਲਬ ਇੱਕ ਪੰਜਾਬੀ ਦਾ ਸ਼ੇਰ ਆ ਹੈਗਾ, ਉਹ ਸਰਕਾਰਾਂ ਖਾਤਰ ਆ, ਹਾਕਮਾਂ ਖਾਤਰ ਆ ਜੀ, ਪਰ ਜਿੱਥੇ ਵੀ ਤਾਨਾਸ਼ਾਹੀ ਹੁੰਦੀ ਆ ਉਹ ਉਸੇ ਤੇ ਟੁੱਕ ਜਾਂਦਾ ਜੀ। ਕਿ ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ, ਜਿਹੜਾ ਖਿੜੇ ਬਸ ਸਾਡੀ ਕਣਸ ਦੀ ਸਜਾਵਟ ਬਣੇ ਜੀ। ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਬੋਲ ਨਾ ਉੱਗੇ, ਜਿਹੜਾ ਉੱਗੇ ਬਸ ਸਾਡੀ ਹੀ ਹਾਮੀ ਭਰੇ। ਜਦੋਂ ਇਹ ਗੱਲ ਸਾਹਮਣੇ ਆਈ, ਉਹਦੇ ਸਵਾਲ ਉਠਾਉਣੇ ਸ਼ੁਰੂ ਕਰਤੇ, ਉਹ ਕਿਨਾਰੇ ਲਾ ਤਾ। ਇਹ ਤੁਸੀਂ ਸ਼ੁਰੂ ਤੋਂ ਲੈ ਲਓ, ਕੇਜਰੀਵਾਲ ਜਦੋਂ ਪਾਰਟੀ ਬਣਾਈ ਆ, ਕਿੰਨੇ ਵੱਡੇ ਵੱਡੇ ਬੰਦੇ ਆਏ ਉਹਦੇ ਨਾਲ, ਅੱਜ ਕੋਈ ਨੀ ਨਾ, ਸ਼ਾਂਤੀ ਭੂਸ਼ਣ, ਐਡਮਿਰਲ ਰਾਮਦਾਸ, ਆਨੰਦ ਕੁਮਾਰ, ਮੇਧਾ ਪਾਟੇਕਰ, ਕਿੰਨੇ ਨਾਂ ਤੁਹਾਨੂੰ ਗੁਣਾ ਦੀਏ ਆਪਾਂ ਪੰਜਾਬ ਵਾਲੇ। ਕੁੰਵਰ ਵਿਜੇ ਪ੍ਰਤਾਪ ਉਸੇ ਕਤਾਰ ਚ ਖੜ ਗਏ ਜਾ ਕੇ, ਉਹਨਾਂ ਨੇ ਖੜਾ ਤਾ। ਤੁਸੀਂ ਆਪਾਂ ਕਿੰਨਾ ਇੱਥੇ ਰੌਲਾ ਪਾਉਂਦੇ ਸੀ ਵੀ ਜਦੋਂ ਨਵੀਂ ਵਜ਼ਾਰਤ ਬਣਾਈ ਆ ਵੀ ਸੀਨੀਅਰਿਟੀ ਹੋਊਗੀ ਜੀ ਇਹਦੇ ਵਿੱਚ, ਜਿਹੜੇ ਸੀਨੀਅਰ ਨੇ ਉਹ ਨੇ, ਤੇ ਕਿਵੇਂ ਨਵੀਂ ਵਜ਼ਾਰਤ ਬਣਾਈ ਇਹਨਾਂ ਨੇ ਦੇਖੋ ਜੀ। ਫਿਰ ਕਿਵੇਂ ਮੰਤਰੀਆਂ ਦੇ ਪਰਕ ਉਤਰੇ ਨੇ, ਤੇ ਜਿਹਨਾਂ ਦੇ ਪਰਕ ਉਤਰੇ ਨੇ ਉਹਨਾਂ ਨੂੰ MP ਦੀ ਮਤਲਬ ਚੋਣ ਦੇ ਵਿੱਚ ਝੋਕਤਾ ਜੀ। ਇਸ ਕਰਕੇ ਉਹਨੇ ਇੱਕ ਆਪਣੇ ਤਜਰਬੇ ਚੋਂ ਗੱਲ ਦੱਸੀ ਆ ਵੀ ਇਹ ਸਾਰਾ ਕਾਰਜਸ਼ੈਲੀ ਕੀ ਆ ਆਮ ਆਦਮੀ ਪਾਰਟੀ ਦੀ ਜੀ। ਦਿੱਲੀ ਸ਼ਰਾਬ ਘੁਟਾਲਾ, ਸ਼ਰਾਬ ਘੁਟਾਲੇ ਦੇ ਵਿੱਚ ਜੋ ਕੁਛ ਹੋ ਰਿਹਾ ਤੁਹਾਡੇ ਸਾਹਮਣੇ ਆ ਜੀ। ਦਿੱਲੀ ਦੇ ਵਿੱਚ ਜਲ ਘੁਟਾਲਾ, ਜਲ ਬੋਰਡ ਦਾ, ਉਹਦੀ ਜਾਂਚ ਹੋ ਰਹੀ ਆ, ਤੇ ਉਹਦਾ ਵਾਈਸ ਚੇਅਰਮੈਨ ਸੀ ਉਦੋਂ ਇਹ ਆਪਣਾ ਰਾਘਵ ਚੱਡਾ ਜੀ। ਉੱਥੇ ਵਕਫ ਬੋਰਡ ਦਾ ਘੁਟਾਲਾ ਜਿਹੜਾ ਕੱਲੇ MLA ਫੜਿਆ ਇਹਨਾਂ ਦਾ ਅਮਾਨੁੱਲਾ ਜੀ। ਇਸ ਕਰਕੇ ਪੰਜਾਬ ਤੇ ਅਸਲ ਚ ਮੈਂ ਉਦੋਂ ਵੀ ਕਹਿੰਦਾ ਸੀ ਵੀ ਦਿੱਲੀ ਦੇ ਧਾੜ ਵੀ ਕਬਜ਼ਾ ਕਰ ਰਹੇ ਨੇ, ਜਿਵੇਂ ਟਿਕਟਾਂ ਵੰਡੀਆਂ ਗਈਆਂ, ਜਿਵੇਂ ਸਰਕਾਰ ਬਣਾਈ ਗਈ, ਤੇ ਜਿਵੇਂ ਰਾਜ ਸਭਾ ਸੀਟਾਂ ਲਈਆਂ ਗਈਆਂ ਜੀ। ਤੁਸੀਂ ਦੇਖਿਆ ਨੀ ਵੀ ਲੋਕ ਰਾਘਵ ਚੱਡੇ ਦੇ ਪੈਰੀ ਹੱਥ ਲਾਉਂਦੇ ਸੀ, ਮਾਨ ਨਾਲ ਗੱਲ ਨੀ ਕਰਦੇ ਸੀ। ਤੇ ਫਿਰ ਉਹਦਾ ਸਿਰਾ ਉਦੋਂ ਸੀ
ਜਦੋਂ ਮੁੱਖ ਮੰਤਰੀ ਦੀ ਸਲਾਹਕਾਰ ਕਮੇਟੀ ਬਣਾ ਕੇ ਉਹਦਾ ਚੇਅਰਮੈਨ ਰਾਘਵ ਚੱਡੇ ਨੂੰ ਬਣਾਤਾ ਸੀ ਜੀ, ਵਰਚੁਅਲੀ ਮੁੱਖ ਮੰਤਰੀ ਬਣਾ ਦੇਣਾ ਸੀ ਇਹਨੂੰ, ਡੀਫੈਕਟੋ ਜਿਹਨੂੰ ਕਹਿੰਦੇ ਹੁੰਦੇ ਆ ਜੀ। ਉਹ ਤਾਂ ਭੱਟੀ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਕੁੰਡੀ ਪਾਈ ਤਾਂ ਇਹ ਪਿੱਛੇ ਹਟੇ ਜੀ ਜੀ। ਦੂਜੀ ਗੱਲ ਇਹ ਆ ਵੀ ਜਦੋਂ ਫੰਡਾਂ ਦਾ ਰੌਲਾ ਪਿਆ ਸਭ ਤੋਂ ਵੱਡਾ ਜੀ, ਵੀ ਇਹ ਫੰਡਾਂ ਦਾ ਹਿਸਾਬ ਕਿਤਾਬ ਦੇਣੋਂ ਹਟ ਗਏ, ਉਦੋਂ ਖਜ਼ਾਨਚੀ ਰਾਘਵ ਚੱਡੀ ਸੀ, ਜਦੋਂ ਕਹਿੰਦੇ ਸੀ ਵਿਦੇਸ਼ਾਂ ਤੋਂ ਇੰਨੇ ਪੈਸੇ ਆਏ ਨੇ, ਕੋਈ ਹਿਸਾਬ ਕਿਤਾਬ ਨੀ ਹੈ, ਵੈਬਸਾਈਟ ਤੇ ਪਾਉਣੋਂ ਹਟ ਗਏ ਸੀ ਇਹ ਸਾਰੇ ਕਾਸੇ ਨੂੰ। ਜਿਹੜਾ ਪਹਿਲਾਂ ਕਹਿੰਦੇ ਸੀ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਜਨਤਕ ਕਰਿਆ ਕਰਾਂਗੇ, ਫਿਰ ਦਿੱਲੀ ਵਾਲੇ ਸਾਰੇ ਇੱਥੇ ਹਰ ਇੱਕ ਮੰਤਰੀ ਦੇ ਆਲੇ ਦੁਆਲੇ ਬਿਠਾਏ ਹੋਏ ਨੇ ਜੀ, ਜਿੰਨੇ ਯੋਗਾ ਟੀਚਰ ਉੱਥੋਂ ਕੱਢੇ, ਮਤਲਬ ਉਹਨੇ ਐਲ ਜੀ ਨੇ ਉਹ ਸਾਰੇ ਪੰਜਾਬ 'ਚ ਯੋਗਾ ਪਾਠਸ਼ਾਲਾ ਸ਼ੁਰੂ ਕਰਤੀ, ਕੰਮ ਤੇ ਲਾ ਤੇ, ਫਿਰ ਜਿੰਨੇ ਪਨ ਮੀਡੀਆ 'ਚ ਭਰਤੀ ਕੀਤੇ ਉਹ ਦੇਖ ਲਓ ਤੁਸੀਂ, ਤੁਸੀਂ ਤਾਂ ਮੀਡੀਆ ਵਾਲੇ ਹੋ, ਪੰਜਾਬ ਦੇ ਮੀਡੀਆ ਵਾਲਾ ਕੋਈ ਦੀਦਾ ਕਿਤੇ, ਉਹ ਪੰਨੂ ਤੋਂ ਬਿਨਾਂ ਇੱਕ ਮਨਜੀਤ ਸਿੰਘ ਸੀ ਤੁਹਾਡਾ, ਉਹ ਵੀ ਬੇਚਾਰਾ ਤੁਰ ਗਿਆ। ਸੋ ਇਸ ਕਰਕੇ ਇਹਨਾਂ ਨੇ ਕਬਜ਼ਾ ਕਰ ਕੀਤਾ ਹੋਇਆ। ਇੱਕ ਗੱਲ ਇਹਦੇ ਇਹਨੇ ਹੋਰ ਨੰਗੀ ਕਰਤੀ ਕਮਰ ਬਿਜੀ ਪ੍ਰਤਾਪ ਨੇ ਜੀ, ਬਾਕੀ ਤਾਂ ਚਲੋ ਦੂਜੇ ਪਾਸੇ ਨੰਗੀਆਂ ਹੋ ਗਈਆਂ ਨਾ ਜੀ। ਇਹ ਗੱਲ ਤਾਂ ਹੁਣ ਈਡੀ ਸਾਹਮਣੇ ਵੀ ਆ ਗਈ ਵੀ ਜਿੰਨਾ ਸ਼ਰਾਬ ਘੁਟਾਲੇ ਦਾ ਪੈਸਾ 2 ਨੰਬਰ 'ਚ ਗਿਆ, ਹਵਾਲਿਆਂ 'ਚ ਗਿਆ, ਉਹਦਾ ਮਾਸਟਰ ਮਾਈਂਡ ਰਾਘਵ ਚੱਡਾ ਜੀ, ਇਸੇ ਕਰਕੇ ਇੰਗਲੈਂਡ ਜਾ ਕੇ ਲੁਕਿਆ ਬੈਠਾ। ਪਰ ਜਿਹੜੀਆਂ ਕਮਰ ਵਿਜੇ ਪ੍ਰਤਾਪ ਨੇ ਦੋ ਗੱਲਾਂ ਕਹੀਆਂ, ਇੱਕ ਤਾਂ ਉੱਥੇ ਦੇ ਸਥਾਨਕ ਪੱਧਰ ਤੇ ਅੰਮ੍ਰਿਤਸਰ ਜੋ ਹਾਲ ਹੈ ਤਸਕਰੀ ਦਾ, ਨਸ਼ਾ ਤਸਕਰੀ ਦਾ, ਮੈਂ ਤੁਹਾਡੀ ਉਸੇ ਗੱਲ ਤੇ ਆਉਣਾ ਜੀ ਜੀ। ਉਹਨੇ ਫਿਰ ਇਹ ਵੀ ਦੱਸਤਾ ਵੀ ਪੰਜਾਬ ਦੇ ਵਿੱਚ ਅਫਸਰਾਂ ਦੀਆਂ ਨਿਯੁਕਤੀਆਂ ਕਿਵੇਂ ਹੁੰਦੀਆਂ ਨੇ, ਕੌਣ ਕਰਦਾ, ਜਿਹੜੇ ਕਹਿੰਦੇ ਸੀ ਮਤਲਬ ਚਿੱਟਾ ਆਪੇ ਨੀ ਵਿਕਦਾ ਇਹਨੂੰ ਲੀਡਰ ਵਿਕਾਉਂਦੇ ਨੇ ਜੀ, ਗੀਤ ਗਾਉਂਦੇ ਹੁੰਦੇ ਸੀ ਨਾ ਜੀ ਜੀ, ਵੀ ਸਿਆਸੀ ਲੀਡਰ ਅਤਸ਼ਾਹੀ ਤੇ ਨਸ਼ਾ ਤਸਕਰਾਂ ਦਾ ਗੱਠਜੋੜ ਆ, ਇਹਨੂੰ ਤੋੜੇ ਬਿਨਾਂ ਟੁੱਟਣਾ ਨੀ। ਪਹਿਲਾਂ 4 ਮਹੀਨੇ, ਫਿਰ ਆ 15 ਅਗਸਤ, 26 ਜਨਵਰੀ, ਹੁਣ ਕੁਲਦੀਪ ਸਿੰਘ ਧਾਲੀਵਾਲ ਨੇ ਕਹਿਤਾ 31 ਦਸੰਬਰ। ਇਹ ਤਾਂ ਐ ਕਰਦੇ ਨੇ ਜਿਵੇਂ ਸ਼ਰਾਬ ਦੇ ਠੇਕਿਆਂ ਦੀ ਮਿਆਦ ਵਧਾ ਦਿੰਦੇ ਨੇ ਨਾ ਅਗਲੇ ਜੀ, ਪੈਸੇ ਨੀ ਪੂਰੇ ਹੋਏ, ਘਾਟਾ ਨੀ ਪੂਰਾ ਹੋਇਆ, ਵੀ ਇਹ ਸਾਰਾ ਉਸੇ ਤਰ੍ਹਾਂ ਨਸ਼ਾ ਮਾਫੀਆ ਚੱਲ ਰਿਹਾ। ਤੇ ਉਹੀ ਪੁਲਿਸ ਅਫਸਰ ਜੀ, ਉਹਨਾਂ ਦਾ ਵਿਧਾਇਕ, ਦੂਜੀ ਗੱਲ ਇਹ ਹੈ ਵੀ ਇਕੱਲਾ ਵਿਧਾਇਕ ਨੀ, ਉਹ ਵੱਡੇ ਅਹੁਦੇ ਤੇ ਰਿਹਾ ਪੁਲਿਸ ਦੇ ਵਿੱਚ, ਉਹਨੂੰ ਪਤਾ ਇਹ ਸਾਰਾ ਤੰਤਰ ਕਿਵੇਂ ਚੱਲਦਾ। ਸੋ ਉਹਨੇ ਮੁਜਰਮ, ਐ ਨੀ ਇਕੱਲਾ ਉਹਨੇ ਦੋਸ਼ ਲਾਇਆ, ਉਹਨੇ ਮੁਜਰਮਾਂ ਦੇ ਕਟਹਿਰੇ 'ਚ ਖੜਾ ਕਰਤਾ ਰਾਘਵ ਚੱਡੇ ਨੂੰ ਜੀ। ਇਸੇ ਕਰਕੇ ਬਾਈ ਜੀ ਸਰਕਾਰੀ, ਇਹ ਤਾਂ ਸਾਰੇ ਮਿਲੇ ਸੀ ਸਪੀਕਰ ਨੂੰ ਉਸ ਵੇਲੇ ਦੇ ਨੂੰ, ਜਿਹਦੇ ਵਿੱਚ ਸੰਧਮਾ ਸਾਹਿਬ ਵੀ ਸੀ, ਕਿ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਓ। ਉਹ ਜਿਹੜੀ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਂਦੇ ਬਣਾਉਂਦੇ ਜਿਹੜੀ ਦਿੱਲੀ 'ਚ ਪ੍ਰਾਈਵੇਟ ਨੀਤੀ ਬਣਾਈ ਸੀ, ਤੇ ਜਦੋਂ ਜਾਂਚ ਹੋਈ ਨਾਲ ਦੀ ਨਾਲ ਵਾਪਸ ਲੈ ਲਈ, ਹੁਣ ਉਹਦੀ ਜਾਂਚ ਹਨੂਮਾਨ ਦੀ ਪੂਛ ਵਾਂਗੂ ਵੱਧਦੀ ਵੱਧਦੀ ਪੰਜਾਬ ਤੱਕ ਆ ਰਹੀ ਆ ਜੀ। ਇੱਕ ਗੱਲ ਹੋਰ ਹੈ ਜੀ, ਜਿੰਨੇ ਵੀ ਸਵਾਲ ਖੜੇ ਹੋਏ, ਚਾਹੇ ਵਾਇਆ ਕੁੰਵਰ ਵਿਜੇ ਪ੍ਰਤਾਪ ਦੇ ਸਾਹਮਣੇ ਆਏ ਜਾਂ ਬਾਏ ਨੇਮ ਰਾਘਵ ਚੱਡਾ ਦਾ ਨਾਮ ਵੀ ਉਹਨਾਂ ਨੇ ਧੱਲਿਆ ਕਈ ਮਸਲਿਆਂ 'ਚ, ਪਰ ਰਾਘਵ ਚੱਡਾ ਦੀ ਚੁੱਪੀ ਆ ਜਿਹੜੀ, ਕਿਉਂਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਜਦੋਂ ਦੀ ਹੋਈ ਹੈ ਮਾਰਚ ਮਹੀਨੇ ਤੋਂ ਲੈ ਕੇ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਆ ਜਿਹੜਾ ਬਿਆਨ, ਇੱਕ ਅੱਧੀ ਵਾਰੀ ਆਇਆ ਸੀ ਸ਼ੁਰੂ ਸ਼ੁਰੂ 'ਚ, ਉਦੋਂ ਬਾਅਦ ਚੁੱਪੀ ਹੈ। ਚੁੱਪੀ ਦਾ ਖਾਸ ਰਾਜ ਤੁਹਾਨੂੰ ਵਿਸ਼ਲੇਸ਼ਣ ਕਰਦਿਆਂ ਕੀ ਨਜ਼ਰ ਆਉਂਦਾ? ਤੁਸੀਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਜਦੋਂ ਇਹਨਾਂ ਨੇ ਕਿਹਾ ਨਾ ਵੀ ਕੇਜਰੀਵਾਲ ਦੀ ਉਹ DP ਲਾਓ, ਉਹਦੀ ਫੋਟੋ ਲਾਓ ਫੋਨ ਤੇ, ਸਾਰੇ ਕਾਸੇ ਤੇ, ਸ਼ੀਖਾਂ ਦੇ ਵਿੱਚ ਬੰਦ ਖੜਾ, ਉੱਤੇ ਲਿਖਿਆ ਮੋਦੀ ਨੂੰ ਹੈ ਇੱਕੋ ਡਰ, ਸਿਰਫ ਕੇਜਰੀਵਾਲ ਤੋਂ। ਪੰਜਾਬ ਵਾਲਿਆਂ ਨੇ 11 ਮਾਰਚ ਨੂੰ ਬਦਲੀਆਂ ਸੀ DP, ਉਹਨੇ 11 ਅਪ੍ਰੈਲ ਨੂੰ ਬਦਲੀਆ ਫੇਸਬੁੱਕ ਦੀ, ਇੰਸਟਾਗ੍ਰਾਮ ਤੇ ਉਹ ਵੀ ਨੀ ਬਦਲੀ ਹਾਲੇ। ਤੁਸੀਂ ਤੇ ਕਾਫੀ ਧਿਆਨ ਰੱਖਦੇ ਹੋ ਮੀਡੀਆ ਤੋਂ ਵੀ ਤਿੱਖੀ ਅੱਖ ਨਾਲ।
ਨਹੀਂ ਮੈਂ ਤਾਂ ਚਲੋ ਤੁਹਾਡੇ ਵਰਗੇ ਸੱਜਣ ਮਿੱਤਰ ਦੱਸਦੇ ਰਹਿੰਦੇ ਨੇ, ਇਕੱਲਾ ਬੰਦਾ ਤਾਂ ਕੀ ਧਿਆਨ ਰੱਖ ਸਕਦਾ। ਜੀ ਜੀ ਮਤਲਬ ਇਸ ਤਰ੍ਹਾਂ ਦਾ ਹਾਲ ਆ, ਜਿਹੜੇ 7 ਰਾਜ ਸਭਾ ਮੈਂਬਰ ਸੀ ਕੋਈ ਉਹਨਾਂ ਚੋਂ ਕੁਛ ਕਿਹਾ ਜੀ ਪੰਜਾਬ ਦੇ ਹੱਕਾਂ ਬਾਰੇ? ਕਦੇ ਕੁਛ ਕਿਹਾ? ਕਿਉਂਕਿ ਅਗਲੇ ਕਹਿੰਦੇ ਸੌਦਾ ਕੀਤਾ ਹੋਇਆ ਜੀ। ਅਸੀਂ ਕਿਹਾ ਸੀ ਵੀ ਅਸੀਂ ਤੁਹਾਡੀ ਪਾਰਟੀ ਖਾਤਰ ਲੜਾਂਗੇ ਜੀ, ਸੰਤ ਸਿੱਚੇ ਵਾਲੇ ਨੇ ਕਹਿ ਦਿੱਤਾ ਵੀ ਮੈਂ ਨੀ ਲੜਦਾ ਇਹਨਾਂ ਦੀ ਸਿਆਸਤ ਖਾਤਰ ਜੀ। ਠੀਕ ਆ ਕਿ ਸੰਜੇ ਸਿੰਘ ਆ ਜਿਹੜਾ ਪੋਲੀਟੀਕਲ ਮਾਇੰਡ ਆ, ਪੋਲੀਟੀਕਲ ਬੰਦਾ, ਉਹਨੇ ਤਾਂ ਮਾਫ਼ੀ ਵੀ ਨਹੀਂ ਮੰਗੀ ਮਜੀਠੀਏ ਤੋਂ, ਉਹ ਰਾਜ ਸਭਾ ਚ ਵੀ ਲੜਦਾ ਰਿਹਾ, ਆਉਣ ਸਾਰ ਵੀ ਉਹਨੇ ਕਿਹੜਾ ਧੱਕ ਪਾਤੀ ਜਿਵੇਂ ਉਹ ਬੋਲਿਆ ਤੁਸੀਂ ਦੇਖਿਆ ਜੀ। ਤੇ ਜਿਹੜੇ ਕਹਿੰਦੇ ਸੀ ਪਰਿਵਾਰਵਾਦ ਨੇ ਖਾ ਲਈ ਸਿਆਸਤ, ਸੁਨੀਤਾ ਕੇਜਰੀਵਾਲ ਜੀ ਨੰਬਰ 1 ਬਣ ਗਏ ਨਾ ਸਾਰੇ ਕਾਸੇ ਦਾ, ਸੱਦਣ ਲੱਗ ਗਏ ਮੀਟਿੰਗਾਂ, ਪਤਾ ਨੀ ਇਹ ਪਾਰਟੀ ਦੀ ਮੈਂਬਰ ਹੈਗੀ ਆ ਵੀ ਕਿ ਨਹੀਂ ਹੈਗੀ, ਕਿਉਂਕਿ ਕਦੇ ਇਹਦਾ ਅਹੁਦੇਦਾਰ ਚ ਤਾਂ ਨਾਂ ਆਇਆ ਨੀ। ਸੋ ਇਸ ਕਰਕੇ ਜਿਹੜਾ ਦੁੱਖ ਰੋਇਆ ਕਮਰ ਵਿਜੇ ਪ੍ਰਤਾਪ ਸਿੰਘ ਨੇ, ਹਾਲੇ ਤਾਂ ਬਹੁਤ ਬੋਚ ਕੇ ਚੱਲਿਆ ਜੀ, ਮਤਲਬ ਉਹਨੂੰ ਸਾਰੇ ਕਾਸੇ ਦਾ ਪਤਾ, ਤੇ ਉਹਨੇ ਤਾਂ ਇਹ ਵੀ ਕਹਿਤਾ ਵੀ ਕੇਜਰੀਵਾਲ ਨੇ ਆਪਣੀ ਸੋਚ ਨਾਲੇ ਵਿਸ਼ਵਾਸਘਾਤ ਕੀਤਾ ਜੀ। ਸੋ ਇਸ ਕਰਕੇ ਇਹ ਤੋਂ ਇਹ ਪਤਾ ਲੱਗਦਾ ਵੀ ਜਿਹੜੇ ਛਲੇਡੇ ਸਿਆਸਤਦਾਨ ਨੇ, ਦਿੱਲੀ ਦੇ ਧਾੜਵੀ ਨੇ, ਉਹਨਾਂ ਨੇ ਸਿਕੰਜਾ ਕਸਿਆ ਹੋਇਆ ਪੰਜਾਬ ਦੀ ਸਿਆਸਤ ਤੇ। ਕਾਫੀ ਗੱਲਾਂ ਤਾਂ ਚਲੋ ਉਹਨਾਂ ਨੇ ਉਜਾਗਰ ਕਰਤੀਆਂ, ਮੈਂ ਤੁਹਾਨੂੰ ਮਾਫ਼ ਕਰਨਾ ਰੋਕ ਰਿਹਾ, ਇੱਕ ਗੱਲ ਅਗਲੀ ਦੱਸੋ, ਕਿਉਂਕਿ ਇਸ ਘੁੰਡੀ ਨੂੰ ਖੋਲ੍ਹਣ ਦੇ ਲਈ ਵਿਰੋਧੀ ਧਿਰਾਂ ਨੂੰ ਵੀ ਮੌਕਾ ਮਿਲ ਗਿਆ, ਇੱਥੋਂ ਤੱਕ ਚਿੱਠੀਆਂ ਲਿਖ ਦਿੱਤੀਆਂ ਗਈਆਂ ਇਲੈਕਸ਼ਨ ਕਮਿਸ਼ਨ ਨੂੰ ਵੀ, ਚਾਹੇ ਉਹ ਸੁੱਖੀ ਰੰਧਾਵਾ ਹੋਣ, ਪ੍ਰਤਾਪ ਸਿੰਘ ਬਾਜਵਾ ਨੇ ਵੀ ਮੰਗ ਕੀਤੀ ਕਿ ਇਸ ਸਾਰੇ ਮਸਲੇ ਦੀ ਭਾਸ਼ਣ ਦੇ ਆਧਾਰ 'ਤੇ ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਜਾਂਚ ਹੋਏਗੀ? ਜੇ ਜਾਂਚ ਨਹੀਂ ਹੁੰਦੀ ਤਾਂ ਫਿਰ ਕਾਫ਼ੀ ਕੁਛ ਉੱਥੇ ਹੀ ਧਰਿਆ ਧਰਿਆ ਰਹਿ ਜਾਏਗਾ। ਮੈਨੂੰ ਐਂ ਲੱਗਦਾ, ਦੇਖੋ ਮੈਂ ਇਹਦਾ ਪੂਰਾ ਜਾਣਕਾਰ ਤਾਂ ਨਹੀਂ ਹੈ ਜੀ, ਪਰ ਇਲੈਕਸ਼ਨ ਕਮਿਸ਼ਨ ਰਿਪੋਰਟ ਮੰਗ ਸਕਦਾ ਜੀ, ਇਸ ਰਿਪੋਰਟ ਦੇ ਆਧਾਰ ਤੇ ਉਹ ਇਹਨਾਂ ਦੀ ਬਦਲੀ ਕਰ ਸਕਦਾ ਜੀ। ਜਿੱਥੋਂ ਤੱਕ ਇਹ ਸਾਰੇ ਕਾਂਡ ਦੀ ਜਾਂਚ ਜਾਂਚ ਦੀ ਗੱਲ ਆ ਜੀ, ਮੈਨੂੰ ਲੱਗਦਾ ਉੱਥੇ ਤੱਕ ਕਮਿਸ਼ਨ ਸ਼ਾਇਦ ਨਾ ਜਾਵੇ ਜੀ, ਵੀ ਨਸ਼ਿਆਂ ਦੇ ਮਾਮਲੇ 'ਚ, ਕਿਉਂਕਿ ਆਲਰੇਡੀ ਕਿੰਨੀਆਂ ਬਣੀਆਂ ਹੋਈਆਂ ਨੇ ਜਾਂਚ ਕਮੇਟੀਆਂ ਜੀ। ਤੇ ਦੂਜਾ ਇਹ ਰਾਜਜੀਤ ਸਿੰਘ ਆ, ਉਹੀ ਨੀ ਇਹਨਾਂ ਨੂੰ ਲੱਭਦਾ ਐਡਾ ਵੱਡਾ ਪੁਲਿਸ ਦਾ ਅਫਸਰ ਜੀ। ਸੋ ਇਸ ਕਰਕੇ ਇਹ ਇੱਕ ਸਿਆਸੀ ਮੁੱਦਾ ਤਾਂ ਬਣ ਗਿਆ, ਢੋਲ ਦਾ ਪੋਲ ਤਾਂ ਲੰਘਾ ਹੋ ਗਿਆ ਜੀ, ਇਹ ਸਿਆਸੀ ਪਾਰਟੀ ਤਾਂ ਕਰਨਗੀ ਕਰਨਗੀਆਂ ਜੀ ਜੀ ਜੀ। ਸੋ ਇਸ ਕਰਕੇ ਇਹ ਜਦੋਂ ਤੁਸੀਂ ਸਾਰੇ ਮਾਮਲੇ ਜੋੜਦੇ ਹੋ ਜੀ, ਉਦੋਂ ਤੁਹਾਨੂੰ ਪਤਾ ਲੱਗਦਾ ਵੀ ਰਾਘਵ ਚੱਡੇ ਦਾ ਰੋਲ ਕੀ ਆ ਜੀ, ਮਤਲਬ ਸਾਰਾ ਫੰਡ ਇਕੱਠਾ ਕਰਨ, ਸਾਰੀਆਂ ਕੰਪਨੀਆਂ ਨੂੰ ਠੇਕੇ ਦੇਣ, ਸਾਰੀ ਇਸ਼ਤਿਹਾਰਬਾਜ਼ੀ। ਮੈਂ ਤਾਂ ਮੁੱਖ ਮੰਤਰੀ ਦਫ਼ਤਰ 2 ਮੁੱਖ ਮੰਤਰੀਆਂ ਦੇ ਨਾਲ ਰਿਹਾ ਨਾ ਜੀ, ਜੀ ਇਹ ਇਸ਼ਤਿਹਾਰਾਂ ਤੇ ਬੋਰਡਾਂ ਦਾ ਇੱਕ ਬਹੁਤ ਵੱਡਾ ਧੰਦਾ ਜੀ, ਉਹੀ ਇਸ਼ਤਿਹਾਰ ਆ ਜਿਹੜਾ ਤੁਸੀਂ ਕੰਪਨੀ ਨੂੰ ਦਿਓ, ਉਹਨਾਂ ਨੂੰ 25% ਕਮਿਸ਼ਨ ਮਿਲਦਾ ਤੇ 10 ਤੁਹਾਨੂੰ ਜਾਂਦਾ ਚੁੱਪ ਚੁਪੀਤੇ ਜੀ। ਉਹੀ ਬੋਰਡ ਤੁਸੀਂ 700 ਦਾ ਵੀ ਲਵਾ ਸਕਦੇ ਹੋ, ਉਹੀ ਬੋਰਡ ਤੁਸੀਂ 3700 ਦਾ ਵੀ ਲਵਾ ਸਕਦੇ ਹੋ ਜੀ। ਜਿਹੜੇ ਵਿਧਾਇਕ, ਇੱਕ ਤਾਂ ਕੁੰਵਰ ਵਿਜੇ ਪ੍ਰਤਾਪ ਹਾਲੇ ਪਾਰਟੀ ਨਾ ਉਹਨਾਂ ਨੇ ਛੱਡੀ ਹੈ ਅਤੇ ਨਾ ਉਹਨਾਂ ਨੂੰ ਕੱਢਿਆ ਗਿਆ, ਉਹ ਸਵਾਲ ਕਰ ਰਹੇ ਨੇ, ਇੱਕ ਉਹ ਵਿਧਾਇਕ ਨੇ ਸ਼ੀਤਲ ਅੰਗਰਾਲ ਜਿਹੜੇ ਛੱਡ ਗਏ ਇਹਨਾਂ ਦਾ ਦਾਮਨ, ਇਹਨਾਂ ਦਾ ਵਿਹੜਾ, ਉਹਨਾਂ ਨੇ ਆਪਣੇ ABC ਪੰਜਾਬ ਚੈਨਲ ਦੇ ਉੱਤੇ ਇੱਕ ਇੰਟਰਵਿਊ ਜਦੋਂ ਅਸੀਂ ਉਹਨਾਂ ਦਾ ਕੀਤਾ ਅਤੇ ਉਹਨਾਂ ਨੇ ਤਾਂ ਆਪਰੇਸ਼ਨ ਲੋਟਸ ਬਾਰੇ ਵੀ ਰਾਘਵ ਚੱਡਾ ਵੱਲ ਉਂਗਲ ਕਰਦੀ, ਕਹਿੰਦੇ ਜਿਹੜੀ ਸਰਕਾਰੀ ਕੋਠੀ ਦਿੱਤੀ ਹੋਈ ਹੈ ਉੱਥੇ ਬੈਠ ਕੇ ਪਲਾਨ ਬਣਿਆ ਸੀ ਸਾਰਾ। ਬਿਲਕੁਲ ਜੀ, ਇਹ ਉਦੋਂ ਵੀ ਇਹ ਸਵਾਲ ਉੱਠ ਰਹੇ ਸੀ ਜੀ, ਆਪਰੇਸ਼ਨ ਲੋਟਸ ਆ ਜਿਹੜਾ ਇੱਕ ਮਨੋਕਲਪਿਤ ਕਹਾਣੀ ਆ ਜੀ, ਇਹ ਨਾ ਇੱਕ ਇਹੀ ਜੀ ਗੱਲ ਘੜਦੇ ਨੇ ਪਹਿਲਾਂ ਹਮੇਸ਼ਾ ਹੀ, ਜਿਵੇਂ ਹੁਣ ਇਹਨਾਂ ਨੇ ਘੜੀ ਹੋਈ ਆ ਵੀ ਕੇਜਰੀਵਾਲ ਜੇਲ੍ਹ ਚੋਂ ਮੁੱਖ ਮੰਤਰੀ ਦਾ ਕੰਮ ਕਰੂ ਜੀ, ਹੁਣ ਇਹਦਾ ਮਤਲਬ ਇਹ ਕਿਹੋ ਜਿਹੇ ਨਵੇਂ ਪੰਗੇ ਸਹੇੜਦੇ ਨੇ ਜੀ, ਜਿਹਦੇ ਵਿੱਚੋਂ ਨਵੇਂ ਪਾਸੇ ਨੂੰ ਤੋਰਦੇ ਨੇ, ਅਸਲੀ ਗੱਲਾਂ ਵੱਲ ਧਿਆਨ ਨੀ ਜੀ।
ਕਿਉਂਕਿ ਜਦੋਂ ਜੇ ਮੁੱਖ ਮੰਤਰੀ ਜੇ ਜੇਲ੍ਹ ਚੋਂ ਚਲਾਇਆ ਜਾ ਸਕਦਾ ਸਾਰਾ ਕੰਮ, ਫਿਰ ਪਹਿਲੇ ਮੰਤਰੀਆਂ ਤੋਂ ਅਸਤੀਫੇ ਕਿਉਂ ਲਏ ਜੀ? ਬਿਲਕੁਲ, ਉਹਨਾਂ ਵੇਲੇ ਵੂ ਪਾਰਿਆ ਕਿਉਂ ਨੀ ਕੀਤੀ, ਉਹਨਾਂ ਦੇ ਮੁਕੱਦਮੇ ਇਸ ਤਰ੍ਹਾਂ ਕਿਉਂ ਨੀ ਲੜੇ ਜੀ? ਤੇ ਇਸ ਕਰਕੇ ਵੀ ਜੇ ਅਸਤੀਫਾ ਦੇਤਾ, ਕੋਈ ਹੋਰ ਸੈਂਟਰ ਬਣ ਗਿਆ ਤਾਕਤ ਦਾ, ਤੁਸੀਂ ਦੇਖ ਲਓ ਸੰਜੇ ਬਣੇ ਗਿਆ ਸੀ ਨਾ ਜੀ, ਕਿਉਂਕਿ ਪੋਲੀਟੀਕਲ ਫਾਈਟ ਸ਼ੁਰੂ ਕਰ ਲਈ ਸੀ, ਉਹਨੇ ਆ ਕੇ ਫਿਰ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਵੀ ਗਾਹ ਕੀ ਕਰਨਾ ਕਿਵੇਂ ਕਰਨਾ। ਹੁਣ ਕਿਤੇ ਸੰਜੇ ਸਿੰਘ ਦਿਖਾਈ ਦਿੰਦਾ? ਮੈਨੂੰ ਤਾਂ ਨੀ ਦਿਖਾਈ ਦਿੰਦਾ, ਸ਼ਾਇਦ ਤੁਹਾਨੂੰ ਕਿਤੇ ਦਿਖਾਈ ਦੇ ਰਿਹਾ ਹੋਵੇ। ਬਸ ਇੱਕ ਵਾਰੀ ਗੇੜਾ ਲਾਉਣ ਆਏ ਸੀ ਪੰਜਾਬ, ਤੇ ਮੁੜ ਕੇ ਸਟਾਰ ਪ੍ਰਚਾਰਕ ਬਣਾਏ ਨੇ ਨੰਬਰ 1 ਕੇਜਰੀਵਾਲ, ਨੰਬਰ 2 ਸੁਨੀਤਾ ਕੇਜਰੀਵਾਲ ਜੀ, ਜਿਹੜੇ ਕਹਿੰਦੇ ਸੀ ਆਪਣੇ ਪੰਜਾਬ ਵਾਲੇ ਨਾ ਜੀ। ਮਤਲਬ ਕਈ ਵਾਰ ਮੈਂ ਵੀ ਹੈਰਾਨ ਹੋ ਜਾਂਦਾ, ਪੰਜਾਬ ਦਾ ਪੁੱਤਾ ਜੀ ਭਗਵੰਤ ਮਾਨ, ਹੁਣ ਇਹ ਬਣੂਗਾ, ਹੁਣ ਇਹ ਆਪਦੇ ਰੰਗ ਚ ਆਊ, ਹੁਣ ਇਹ ਆਪਦਾ ਕਰੂ, ਇਹ ਕਰੂ, ਉਹ ਕਰੂ। ਹੁਣ ਤੁਸੀਂ ਤੁਸੀਂ ਦੇਖ ਲਓ, ਕਹਿੰਦੇ ਲੋੜੇ ਦਾਖ ਬਜੋਰੀਆ ਕਿੱਕਰ ਬੀਜੇ ਜੱਟ, ਭਗਵੰਤ ਮਾਨ ਭਗਵੰਤ ਮਾਨ ਨੇ ਰਹਿਣਾ ਜੀ? ਇਹ ਇਹ ਹਾਂ ਇੱਕ ਕੰਮ ਕਰ ਸਕਦਾ ਜੀ, ਮਤਲਬ ਕਿਉਂਕਿ ਨਾਟਕਕਾਰ ਆ, ਕਲਾਕਾਰ ਆ। ਹੁਣ ਅੱਜ ਕੱਲ ਰੋਣ ਦਾ ਧੰਦਾ ਇਹਨੇ ਵਧੀਆ ਵਿਢਿਆ ਹੋਇਆ, ਕੇਜਰੀਵਾਲ ਨੂੰ ਮਿਲਿਆ ਜੀ, ਭਾਵੁਕ ਹੋ ਗਿਆ ਜੀ, ਹੰਝੂ ਆ ਗਏ ਜੀ, ਫਲਾਨੀ ਸਾਹਿਬ ਤੇ ਸਟੇਜ ਤੋਂ ਬੋਲਦੇ ਹੰਝੂ ਆ ਗਏ। ਹੁਣ ਇਹ ਜਜ਼ਬਾਤੀ ਜ਼ਿਆਦਾ ਹੋਣ ਲੱਗ ਗਿਆ ਅੱਜ ਕੱਲ ਕੁਛ ਜੀ। ਜਿਹੜੇ ਕਹਿੰਦੇ ਸੀ ਭਗਤ ਸਿੰਘ ਦੇ ਵਾਰਸ ਸੀ, ਤੇ ਆ ਇੱਕ ਜੇਲ੍ਹ ਦੀ ਮੁਲਾਕਾਤ, ਮੁੱਖ ਮੰਤਰੀ ਹੈ ਜੀ ਉਹ ਜੀ, ਉਹਨੂੰ ਐ ਝੂਠ ਬੋਲੀ ਜਾਂਦੇ ਨੇ, ਉਹਦੇ ਨਾਲ ਐ ਕਰਤਾ ਜੀ, ਉਹਦੇ ਨਾਲ ਐ ਕਰਤਾ ਜੀ, ਉਹਦੇ ਨਾਲ ਐ ਕਰਤਾ ਜੀ। ਅਸੀਂ ਐਨਐਸਏ ਟਾਡਾ ਹੇਠ ਬੰਦ ਰਿਹਾ, ਸਾਡੇ ਨਾਲ ਤਾਂ ਕਿਸੇ ਨੇ ਕੀਤਾ ਨੀ। ਸੋ ਇਸ ਕਰਕੇ ਵੀ ਪ੍ਰਚਾਰੀ ਜਾਂ ਝੂਠ, ਮਤਲਬ ਮੋਦੀ ਨੂੰ ਜੇ ਡਰਾ, ਕੇਜਰੀਵਾਲ ਤੇ ਡਰਾ। ਸੋ ਇਸ ਕਰਕੇ ਇਹ ਢੋਲਦਾ ਪੋਲ ਲੰਗਾ ਹੋ, ਦਿੱਲੀ ਚ ਮੈਂ ਤੁਹਾਨੂੰ ਕਿਹਾ ਵੀ 3 ਘੁਟਾਲੇ ਸਾਹਮਣੇ ਆ ਗਏ ਜੀ। ਸੋ ਇਸ ਤਰ੍ਹਾਂ ਦਾ ਹੈ ਨੀ ਵੀ ਉਹ ਬਿਲਕੁਲ ਇਹ ਝੂਠ ਹੋਊ। ਇਹ ਠੀਕ ਆ, ਜਿਵੇਂ ਉਹ ਸਿਆਸੀ ਲੀਡਰਸ਼ਿਪ ਨੂੰ ਖਤਮ ਕਰ ਰਹੇ ਨੇ, ਉਹਨਾਂ ਦਾ ਨਿਸ਼ਾਨਾ ਇਹ ਹੈਗਾ, ਇਸ ਕਰਕੇ ਉਹਨਾਂ ਨੇ ਕੇਜਰੀਵਾਲ ਨੂੰ ਵੀ ਫੜਿਆ, ਇਸੇ ਕਰਕੇ ਹਿੰਮਤ ਸਰੋਵਰ ਨੂੰ ਵੀ ਫੜਿਆ, ਕਿਉਂਕਿ ਕਰਪਸ਼ਨ ਤਾਂ ਸਾਰੀ ਕਰਦੇ ਨੇ ਇਹ। ਇਹ ਨਾ ਆਪਦੇ ਆਪ ਨੂੰ ਜ਼ਿਆਦਾ ਚਲਾਕ ਸਮਝਦੇ ਸੀ, IRS ਦੇ ਅਸੀਂ ਅਫਸਰ ਰਹੇ ਹਾਂ ਵੀ ਰੌਲਾ ਪਾਈ ਜੋ ਇਮਾਨਦਾਰ ਕੱਟੜ ਇਮਾਨਦਾਰ, ਜੇ ਕੋਈ ਆਏ ਹੋਜੂ ਜੇਲ੍ਹ ਜਾਣਾ ਪਊ, ਸਿਸੋਦੀਏ ਨੂੰ ਵੀ ਜੇਲ੍ਹ ਜਾਣਾ ਪਊ, ਕੇਜਰੀਵਾਲ ਨੂੰ ਵੀ ਜੇਲ੍ਹ ਜਾਣਾ ਪਊ। ਉਹ ਕੁਦਰਤੀ ਸਾਰੀਆਂ ਗੱਲਾਂ ਜਦੋਂ ਸਾਹਮਣੇ ਆ ਗਈਆਂ, ਰੋਣ ਲੱਗ ਗਏ, ਢਿਗੇੜਾ ਮਾਰਨ ਲੱਗ ਗਏ, ਚੀਕਾਂ ਮਾਰਨ ਲੱਗ ਗਏ ਭਗਤ ਸਿੰਘ ਦੇ ਵਾਰਸ। ਵਾਲੀ ਸਾਹਿਬ ਇੱਕ ਅਖੀਰ ਦੇ ਵਿੱਚ ਟਿੱਪਣੀ ਲੈਣਾ ਚਾਹਾਂਗੇ, ਉਹ ਇਹ ਆ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ, ਕੁੰਵਰ ਵਿਜੇ ਪ੍ਰਤਾਪ ਨੇ ਬਾਗੀ ਸੁਰਾਂ ਦੇ ਵਿੱਚ ਪਹਿਲੀ ਵਾਰੀ ਨਹੀਂ ਬੋਲਿਆ, ਪਹਿਲਾਂ ਵੀ ਉਹ ਕਹਿ ਚੁੱਕੇ ਆ, ਲਿਖ ਚੁੱਕੇ ਆ ਮੁੱਖ ਮੰਤਰੀ ਦੇ ਬਾਰੇ ਵੀ, ਉਹਨਾਂ ਨੂੰ ਸੰਬੋਧਿਤ ਹੁੰਦਿਆਂ ਵੀ, ਇਸ ਵਾਰੀ ਵੀ ਜਿਹੜੀਆਂ ਉਹਨਾਂ ਨੇ ਭਾਸ਼ਣ ਨਾਲ ਗੱਲਾਂ ਕੀਤੀਆਂ ਜਿਹਦੇ ਨਾਲ ਪੋਲੀਟੀਕਲ ਖਲਾਰਾ ਪਿਆ ਹੋਇਆ, ਕੀ ਅਜਿਹੇ ਲੀਡਰ ਜਦੋਂ ਪਾਰਟੀ ਦੇ ਅੰਦਰ ਰਹਿ ਕੇ ਬਿਆਨਬਾਜ਼ੀ ਕਰਦੇ ਨੇ, ਉਹਨਾਂ ਦੇ ਖਿਲਾਫ਼ ਤੁਰੰਤ ਐਕਸ਼ਨ ਲੈ ਲਏ ਜਾਂਦੇ ਆ ਕਿ ਤੇ ਪਾਰਟੀ ਵਿਰੋਧੀ ਗਤੀਵਿਧੀਆਂ, ਇਹ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ਼ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਜੇ ਐਕਸ਼ਨ ਨਹੀਂ ਲਿਆ ਗਿਆ, ਉਹਨੂੰ ਤੁਸੀਂ ਸਿਆਸੀ ਮਜਬੂਰੀ ਸਮਝਦੇ ਹੋ, ਜਾਂ ਫਿਰ ਉਹ ਇਗਨੋਰ ਕਰ ਰਿਹਾ ਕਿ ਇਹ ਜਿੰਨਾ ਮਰਜ਼ੀ ਬੋਲੀ ਜਾਣ ਇੰਨੀ ਜ਼ਿਆਦਾ ਅਸਰ ਕਰਨ ਵਾਲੀ ਨਹੀਂ ਗੱਲ ਇਹਨਾਂ ਦੀ? ਇਹਨਾਂ ਦਾ ਇੱਕ ਇਹ ਬੜਾ ਪਰਖਿਆ ਹੋਇਆ ਹਥਿਆਰ ਆ ਜੀ, ਤੁਸੀਂ ਸੋਚ ਸਕਦੇ ਹੋ, ਮਤਲਬ ਧਰਮਵੀਰ ਗਾਂਧੀ ਨੂੰ 4 ਸਾਲ ਮੁਅੱਤਲ ਰੱਖਿਆ ਜੀ, ਨਾ ਉਹਦੀ ਸੁਣਵਾਈ ਕੀਤੀ ਜੀ, ਉਹਨੇ ਜਵਾਬ ਕੀਤਾ ਨਾ, 4 ਸਾਲ ਕੋਈ ਫੈਸਲਾ ਕੀਤਾ, ਇਸੇ ਤਰ੍ਹਾਂ ਖਾਲਸੇ ਨੂੰ ਜੀ ਧਰਮ ਪੂਰੀ ਕਰ ਗਿਆ। ਜੇ ਇਹਨੂੰ ਪਾਰਟੀ ਚੋਂ ਕੱਢਦੇ ਨੇ, ਉਹਨੂੰ ਤਾਂ ਖੁੱਲ ਮਿਲਜੂ ਪੂਰੀ ਜੀ, ਜੇ ਪਾਰਟੀ ਚੋਂ ਕੱਢਦੇ ਨੇ ਇਹ, ਉਹਨੂੰ ਪੂਰੀ ਖੁੱਲ ਮਿਲਜੂ, ਹੁਣ ਤਾਂ ਜਬਤ ਚ ਰਹਿ ਕੇ ਬੋਲਦਾ ਜਿੰਨਾ ਬੋਲਦਾ ਜੀ, ਇਸ ਕਰਕੇ ਇਹਨਾਂ ਨੇ ਉੱਤੇ ਕੋਈ ਐਕਸ਼ਨ ਨੀ ਲੈਣਾ, ਉਹਨੂੰ ਇਗਨੋਰ ਕਰੋ ਜੀ ਵੀ ਜਿਵੇਂ ਕੁਛ ਹੋ ਹੀ ਨੀ ਹੋਇਆ ਹੁੰਦਾ। ਇਹਨਾਂ ਦਾ ਤੁਰ ਤੋਂ ਸਟਾਈਲ ਇਹ ਆ,
ਹੁਣ ਐਡੇ ਵੱਡੇ ਸਵਾਲ ਕਿੰਨੇ ਉੱਠ ਰਹੇ ਨੇ, ਚੁੱਪੇ ਵੱਟ ਜਾਂਦੇ ਨੇ ਜੀ। ਕਿੰਨੇ ਸਵਾਲ ਉੱਠੇ ਨੇ ਵੀ ਸਿੰਗਲੇ ਦਾ ਕੀ ਬਣਿਆ, ਜਿਹਦੇ ਸਬੂਤ ਸੀ, ਜਿਹੜੇ ਮੁੱਖ ਮੰਤਰੀ ਕੋਲ ਸੀ, ਉਹ ਪਾਰਟੀ ਦੇ ਵਿੱਚ ਵੀ ਬੈਠਾ ਤੇ ਸਾਰਾ ਕੁਛ ਕਰ ਰਿਹਾ, ਉਹਦਾ ਚਲਾਨ ਵੀ ਨੀ ਪੇਸ਼ ਕੀਤਾ। ਸਰਾਰੀ ਦੀ ਕਮੇਟੀ ਨੇ ਜਾਂਚ ਬਿਠਾਈ ਸੀ, ਉਹਦਾ ਕੀ ਬਣਿਆ? ਆ ਹੁਣ ਲਾਲਜੀਤ ਭੁੱਲਰ ਤੇ ਇੱਕ ਅਫਸਰ ਨੇ ਦੋਸ਼ ਲਾ ਤੇ, ਚੁੱਪੇ ਵੱਟ ਗਏ ਨਾ ਜੀ। ਇਸ ਕਰਕੇ ਇਹ ਤਾਂ ਦੂਜਿਆਂ ਵੇਲੇ ਕਹਿੰਦੇ ਹੁੰਦੇ ਸੀ, ਜਦੋਂ ਦੋਸ਼ ਲੱਗ ਜੇ ਤੁਰੰਤ ਅਸਤੀਫਾ, ਜਾਂਚ ਦੇ ਵਿੱਚ ਤੁਰੰਤ ਸ਼ਾਮਿਲ ਹੋਣਾ ਚਾਹੀਦਾ, ਕੋਰਟਾਂ ਤੇ ਭਰੋਸਾ ਰੱਖਣਾ ਚਾਹੀਦਾ। ਹੁਣ ਜਦੋਂ ਆਪਦੀ ਵਾਰੀ ਆਈ ਤਾਂ ਤੁਸੀਂ ਦੇਖ ਲਓ, ਮਤਲਬ ਕਿਸੇ ਨੇ ਕਾਰਟੂਨ ਪਾਇਆ ਸੀ ਕਿ ਗਿਰਗਟਾ ਜਿਹੜੀ ਉਹ ਵੀ ਖੁਦਕੁਸ਼ੀ ਕਰ ਗਈ ਇਹਨਾਂ ਦੇ ਸਾਰੇ ਕਾਰ ਵਿਹਾਰ ਨੂੰ ਦੇਖ ਕੇ। ਤੁਸੀਂ ਅਹਿਮ ਸਮਾਂ ਕੱਢ ਕੇ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ, ਵਿਚਾਰ ਸਾਂਝੇ ਕੀਤੇ ਆ ਜੀ, ਬਹੁਤ ਬਹੁਤ ਸ਼ੁਕਰੀਆ।